सिंह साहब श्री अकाल तख्त साहब जी ने जो वचन कहे आ शास्त्र रखन दे उन्हें तो लसंसी गया ये तड़फता इदा पी दुनिया भी जिदा पता नहीं सिखा ने नजायज ही रख लै राजा बड़ेंग कई लगे तड़ेंग कई अड़ेंग बड़ेंग ना तिना चो ना तेरह चो ना अपने खिडारियों चो ना स्पेयर चो एवे मूह चाके हुण सुनो तुहानू तां हुक्म करदी दुनियावी दुनिया सानू अकाल पुरख वाहिगुरु दा हुक्म आ धन गुरु गोबिंद सिंह साहब वर्गा आया कोई दुनिया ते डुब के मर जाना चाहीदा वो जिहड़े गुरु गोबिंद सिंह साहब जां गुरु हरगोबिंद साहब दे सिधांतां दा विरोध करदे हो अकाल तख्त साहब एक मैं अज शरियां कहिंदा यह बादलां दा अकाल तख्त आ नहीं यह अकाल तख्त आ धन गुरु हरगोबिंद साहब शहनशाह दो जहान यह अकाल तख्त आ अकाल दा वाहिगुरु दा ते मैं सिंघां नूं इह गल कहिंदा तैयार बर तैयार होवो महाराज दे रवायती शास्त्र रख लो ਉਹ ਹੌਲੀ ਹੌਲੀ ਸਿੰਘ ਸਾਹਿਬ ਨੇ ਲਸੰਸ ਵਾਲੇ ਕਿਹਾ ਸਾਰਾ ਕੰਮ ਹੁਣ ਦੱਸ ਕੇ ਥੋੜੀ ਕਰੀਦਾ। ਗੁਰਮੁਖ ਪਿਆਰਿਓ ਦਰਸ਼ਨ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਜੀ ਬਹੁਤ ਜ਼ਿਆਦਾ ਇੱਕ ਮਸਲਾ ਭਖਿਆ ਹੋਇਆ ਵੀ ਸਿੰਘ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਜੋ ਬਚਨ ਕਹੇ ਆ ਸ਼ਸਤਰ ਰੱਖਣ ਦੇ ਉਹਨੇ ਤਾਂ ਲਸੰਸੀ ਗਿਆ ਇਹ ਤੜਫਦਾ ਇੱਦਾਂ ਪਈ ਦੁਨੀਆਂ ਵਿੱਚ ਜਿੱਦਾਂ ਪਤਾ ਨਹੀਂ ਸਿੱਖਾਂ ਨੇ ਨਜਾਇਜ਼ ਹੀ ਰੱਖ ਲੈ। ਦੇਖੋ ਆਪ ਜੀ ਨੂੰ ਇੱਕ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਅਕਾਲ ਤਖ਼ਤ ਸਾਹਿਬ ਦਿੱਲੀ ਤੇ ਲਾਹੌਰ ਦੇ ਤਖ਼ਤ ਤੋਂ ਉੱਪਰਿਆ ਅਕਾਲ ਤਖ਼ਤ ਸਾਹਿਬ ਮਹਾਨ ਹੈ ਇਹ ਸਿੱਖ ਪੰਥ ਦੀ ਹੀ ਸ਼ਾਨ ਨਹੀਂ ਇਹ ਸਾਰੇ ਵਰਲਡ ਦੀ ਸ਼ਾਨ ਹੈ। ਸਿੱਖ ਸ਼ਾਸਤਰ ਰੱਖ ਕੇ ਵੀ ਜ਼ੁਲਮ ਨਹੀਂ ਕਰਦਾ ਤੇ ਦੂਜੀ ਗੱਲ ਸਿੱਧੀ ਜੀ ਸੁਣ ਲਓ ਚਲੋ ਆ ਰਾਜਾ ਬੜੇਂਗ ਕਈਆਂ ਨੂੰ ਲੱਗੇ ਤੜੇਂਗ ਕਈ ਅੜੇਂਗ ਬੜੇਂਗ ਨਾ ਤਿੰਨਾਂ ਚੋਂ ਨਾ ਤੇਰਾਂ ਚੋਂ ਨਾ ਆਪਣੇ ਖਿਡਾਰੀਆਂ ਚੋਂ ਨਾ ਸਪੇਰਾਂ ਚ ਐਵੇਂ ਮੂੰਹ ਚੱਕ ਕੇ ਜਿਹੜੇ ਗੱਲਬਾਤ ਕਰਦੇ ਉਹਨਾਂ ਨੇ ਇੱਕ ਬੇਨਤੀ ਮੈਂ ਕਰਨ ਲੱਗਾ ਵੀਰੋ ਸਾਰਿਆਂ ਨੂੰ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਅਦਬ ਸਹਿਤ ਸਤਿਕਾਰ ਸਹਿਤ ਤੁਸੀਂ ਸਾਰੇ ਹੀ ਸਤਿਕਾਰ ਯੋਗ ਹੋ ਤੇ ਵੀਰੋ ਜੇ ਲੀਡਰਾਂ ਨੂੰ ਕਹੋ ਵੀ ਛੱਡ ਦਿਓ ਸਾਰੇ ਸਿਕਿਉਰਟੀਆਂ ਤੁਹਾਡੇ ਕੋਲ ਹਥਿਆਰਾਂ ਵਾਲੇ ਚਾਰ ਚਫੇਰੇ ਆਪ ਤੁਸੀਂ ਹਥਿਆਰ ਰੱਖੋ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮ ਕੀਤਾ ਉਹ ਰੱਖਣ ਨਾ। ਅੱਛਾ ਦੂਜੀ ਗੱਲ ਗਰਨੇਡ ਲਾਲਿਆਂ ਕੋਲੋਂ ਮਿਲਣ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਆ ਜਿਹੜੇ ਪਰਿਵਾਰ ਨੇ ਮੈਨੂੰ ਇਹ ਗੱਲ ਦਾ ਪਤਾ ਵੀ ਜਿਹੜੇ ਕੱਟੜ ਕਾਂਗਰਸੀ ਹੋਣ ਕੱਟੜ ਜਾਣੀ ਕਿ ਜਿਹੜੇ ਸੈਂਟਰ ਦੇ ਦੇਖੋ ਜਿਹੜਾ ਵੀ ਕੁਰਸੀ ਤੇ ਬਹਿ ਗਿਆ ਕਿੱਡਾ ਵੱਡਾ ਦਖਾਂਤ ਹੋਇਆ ਪੰਜਾਬ ਚ ਉਹ ਜਿਹੜਾ ਬੰਦਾ ਸ਼ਾਸਤਰਾਂ ਲਈ ਗੱਲ ਕਰਦਾ ਸੀ ਜਿਹਦੇ ਤੇ ਸਾਨੂੰ ਮਾਣ ਸੀ ਆਪਣੇ ਉਹ ਕੀ ਨਾਮ ਉਹਨਾਂ ਦਾ ਜੀ ਜਿਹੜੇ ਸਪੀਕਰ ਆ ਅੱਜ ਪੰਜਾਬ ਦੇ ਰੰਧਾਵਾ ਥੋੜੀ ਆ ਤੁਸੀਂ ਵੀ ਚੰਗਾ ਗਿਆਨ ਰੱਖਦੇ ਆ ਜਿਹੜੇ ਸਪੀਕਰ ਨੇ ਕਲਤਾਰ ਸਿੰਘ ਸੰਧਵਾਂ ਰੰਧਾਵਾ ਗੱਲ ਤਾਂ ਥੋੜਾ ਜਿਹਾ ਭੁਲੇਖਾ ਜਿਹਾ ਸੁਣਿਓ ਪਰ ਉਹ ਜਦੋਂ ਸ਼ਾਸਤਰਾਂ ਦੀ ਗੱਲ ਕਰਦੀ ਮੈਂ ਸ਼ੇਅਰ ਕੀਤੀ ਉਹਨਾਂ ਦੀ ਉਹ ਵੀਰ ਨੇ ਪਾਈ ਸੀ ਪਬਲਪ੍ਰੀਤ ਸਿੰਘ ਨੇ ਮੈਂ ਸ਼ੇਅਰ ਕਰਤੀ ਪਰ ਵੀਰੋ ਇੰਨਾ ਦੱਸੋ ਉਹਨਾਂ ਨੂੰ ਪੁੱਛ ਕੇ ਦੱਸੋ ਸਤਿਕਾਰਯੋਗ ਆਪਣੇ ਸੰਧਵਾਂ ਸਾਹਿਬ ਨੂੰ ਵੀ ਅੱਜ ਵੀ ਉਹ ਬਿਆਨ ਤੇ ਖੜੇ ਹੋ ਪਰ ਜਿੱਦਣ ਤੁਸੀਂ ਅੱਜ ਕੁਰਸੀ ਤੇ ਬਹਿ ਗਏ ਗਊ ਦੀਆਂ ਪੂਛਾਂ ਸਿਰ ਤੇ ਮਰਾਉਂਦੇ ਫਿਰਦੇ ਸੀ ਇਹ ਸਿੱਖੀ ਆ ਏਦਾਂ ਇੰਨਾ ਬਿਨਾ ਕਰੋ। ਔਰ ਦੂਜੀ ਗੱਲ ਦੇਖੋ ਜਦੋਂ ਲੱਗ ਰਿਹਾ ਸੀ ਹੁਣ ਵੀ ਐਨ ਖਤਮ ਹੋ ਰਿਹਾ ਕੰਮ ਚਲੋ ਸੱਚ ਦੇਰ ਆਏ ਦਰੁਸਤ ਆਏ ਉਹਨੂੰ ਵੀ ਮੌਕਾ ਮਿਲ ਗਿਆ ਆਪਣੇ ਕਿਹੜੇ ਗਾਇਕ ਸਾਹਿਬ ਭਾਈ ਸਾਹਿਬ ਤੁਹਾਡੇ ਤੇ ਤੰਜ ਕੱਸਣ ਦਾ ਤੁਸੀਂ ਉਹ ਤੇ ਤੰਜ ਕੱਸਦੇ ਸੀ
ਉਹਨੂੰ ਅੱਜ ਮੌਕਾ ਮਿਲ ਗਿਆ। ਮੌਕਾ ਤੁਸੀਂ ਦਿੱਤਾ, ਕਿਸੇ ਨੇ ਨਹੀਂ ਦਿੱਤਾ। ਤੇ ਆਪ ਸਭ ਨੂੰ ਬੇਨਤੀ ਆ, ਛੱਡ ਦੇਣ ਸਾਰੇ ਲੀਡਰ ਸਿਕਿਉਰਟੀਆਂ, ਸਾਰੇ ਪੰਜਾਬ ਵਾਲੇ ਆਮ ਲੋਕ, ਉਹ ਵੀ ਸ਼ਸਤਰ ਨਹੀਂ ਦੇਖੋ ਨਿਹੰਗ ਸਿੰਘਾਂ ਤੇ ਰੱਖਣੇ ਆ। ਕਿਉਂਕਿ ਜਿਹੜੀ ਆਰਮੀ ਹੁੰਦੀ ਆ, ਕੋਈ ਆਰਮੀ ਆ ਪੰਜਾਬ ਦੀ, ਪੰਜਾਬ ਪੁਲਿਸ, ਕੋਈ ਇੰਡੀਆ ਦੀ ਆ, ਯਾਰ ਉਹ ਅਕਾਲ ਪੁਰਖ ਦੀ ਫੌਜ। ਹੁਣ ਸੁਣੋ, ਤੁਹਾਨੂੰ ਤਾਂ ਹੁਕਮ ਕਰਦੀ ਦੁਨਿਆਵੀ ਦੁਨੀਆਂ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਆਇਆ ਕੋਈ ਦੁਨੀਆਂ ਤੇ, ਡੁੱਬ ਕੇ ਮਰ ਜਾਣਾ ਚਾਹੀਦਾ। ਉਹ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਿਧਾਂਤਾਂ ਦਾ ਵਿਰੋਧ ਕਰਦੇ ਹੋ। ਗੱਲਾਂ ਲੰਬੀਆਂ ਹੋ ਜਾਣੀਆਂ, ਅੱਜ ਇੰਨੀਆਂ ਕਈ ਕਰਨੀਆਂ ਸੀ, ਪਰ ਇੱਕ ਚੇਤੇ ਰੱਖਿਓ, ਜੇ ਤੇ ਜਥੇਦਾਰ ਨਹੀਂ ਬੋਲਦੇ ਪੰਜਾਬ ਵਾਲਿਓ, ਆਪਾਂ ਕਹਿੰਦੇ ਬੋਲਦੇ ਨੀ, ਜੇ ਬੋਲਦੇ ਆ ਫਿਰ ਖੜਦੇ ਕਿਉਂ ਨੀ? ਖੜਦੇ ਹੋ ਸਾਰੇ ਸਿਰ ਤਲੀ ਤੇ ਧਰ ਕੇ ਖੜੇ ਆ। ਅਕਾਲ ਤਖ਼ਤ ਸਾਹਿਬ, ਇੱਕ ਮੈਂ ਅੱਜ ਸ਼ਰੇਆਮ ਕਹਿੰਦਾ, ਇਹ ਬਾਦਲਾਂ ਦਾ ਅਕਾਲ ਤਖ਼ਤ ਆ? ਨਹੀਂ, ਇਹ ਅਕਾਲ ਤਖ਼ਤ ਆ ਧੰਨ ਗੁਰੂ ਹਰਗੋਬਿੰਦ ਸਾਹਿਬ, ਸ਼ਹਿਨਸ਼ਾਹ ਦੋ ਜਹਾਨ। ਇਹ ਅਕਾਲ ਤਖ਼ਤ ਆ ਅਕਾਲ ਦਾ, ਵਾਹਿਗੁਰੂ ਦਾ। ਤੇ ਬੜੇ ਕਹਿੰਦੇ ਨੇ ਫਲਾਨਿਆਂ ਦੇ ਜਥੇਦਾਰ ਨੂੰ ਵੀ, ਮੈਨੂੰ ਤੈਨੂੰ ਵੀ, ਕਈਆਂ ਨੂੰ, ਬਈ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਆ, ਅਸੀਂ ਸੱਚ ਦਾ ਸਾਥ ਦਿੱਤਾ ਤੇ ਦੇਣਾ, ਤੇ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਅੱਜ ਦੇਖੋ ਉਹ ਕਿਹੜੀ ਕਾਛੀ ਦੇ ਵਿੱਚ, ਕਾਂਛੀ ਦੇ ਵਿੱਚ ਮਸਜਿਦ ਆ, ਇਹ ਰੌਲਾ ਪਾ ਰਿਹਾ ਵੀ ਉੱਥੇ ਸ਼ਿਵਲਿੰਗ ਨਿਕਲਿਆ। ਦੇਖੋ ਇੱਕ ਥੋੜੀ, ਕਿੰਨੇ ਮੰਦਿਰ ਤੋੜੇ ਉਹਨੇ, ਕਿੰਨੀਆਂ ਮਸੀਤਾਂ ਸਾਰੀਆਂ ਅੱਜ ਵੀ। ਉਹ ਯਾਰੋ, ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਹਿੰਦੂ ਭਰਾਓ, ਉਹ ਸਨਾਤਨੀ ਵੀਰੋ, ਤੁਸੀਂ ਉਹਨਾਂ ਦੇ ਨਾਲ ਮੁਹੱਬਤ ਤਾਂ ਕਰਕੇ ਦੇਖੀ ਨੀ। ਅਸੀਂ ਇਹ ਦੇਸ਼ ਵਿੱਚ ਦੇਖੋ ਦੁਖਾਂਤ ਸਾਡਾ, ਦੇਖੋ ਉਧਰ ਹੁੰਦੀ ਜਾਂ ਇਧਰ ਹੁੰਦੀ ਰਾਮ ਰਾਮ, ਤੇ ਉਧਰ ਅੱਲਾ ਹੀ ਅੱਲਾ, ਦੋਵਾਂ ਪਾਸਿਆਂ ਤੋਂ ਰਹਿ ਗਿਆ ਸਾਡਾ ਖਾਲੀ ਬੱਲਾ। ਉਹ ਮੁਸਲਮਾਨ ਭਰਾਓ, ਉਹ ਤੁਹਾਨੂੰ ਵੀ ਵਾਸਤਾ, ਕਿਉਂ ਮਾਰਦੇ ਹੋ? ਜਾਂ ਜਿਹੜੇ ਮਾਰਦੇ ਨੇ ਸਿੱਖਾਂ ਨੂੰ, ਉਹਨਾਂ ਨੂੰ ਕਿਉਂ ਨੀ ਫਾਹੇ ਟੰਗਦੇ? ਕਿਉਂ ਨੀ ਉਹਨਾਂ ਨਾਲ? ਉਹ ਪਾਕਿਸਤਾਨ ਵਾਲਿਓ, ਉਹ ਤੁਸੀਂ ਸਾਡੀ ਜਿੰਦ ਜਾਨ ਹੋ, ਅਸੀਂ ਤੁਹਾਡੇ ਨਾਲ ਵੱਧ ਪਿਆਰ ਕਰਨ ਲੱਗ ਗਏ ਸੀ। ਪਰ ਆਏ ਦਿਨ 2 ਸਾਲ ਪਹਿਲਾਂ ਸਿੱਖ ਮਾਰਤਾ ਗੋਲੀਆਂ ਮਾਰ ਕੇ ਸ਼ਰੇਆਮ ਪਸ਼ਾਵਰ ਚ, ਆ 2 ਸਿੱਖ ਹੋਰ ਸ਼ਹੀਦ ਕਰਤੇ। ਯਾਰ ਸਿੱਖ ਮਰਨ ਨੂੰ ਹੀ ਆ, ਇਧਰ ਵੀ ਮਰੀ ਜਾਈਏ, ਉਧਰ ਵੀ ਮਰੀ ਜਾਈਏ, ਇਧਰ ਹੱਦਾਂ ਤੇ ਸਰਹੱਦਾਂ ਤੇ ਜਿੱਦਣ ਇਹਨਾਂ ਕੋਲੋਂ ਗੱਲ ਲੰਘ ਜਾਂਦੀ ਆ, ਉਦਣ ਅਸੀਂ ਲੜੀਏ। ਪਰ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣ ਲੱਗਾ, ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਹੁਤ ਵੱਡੀ ਕਲਾ ਵਰਤਣ ਲੱਗੀ ਆ, ਸਮਾਂ ਦੇਖਿਓ ਹੁਣ ਚੇਂਜ ਹੁੰਦਾ। ਤੇ ਮੈਂ ਸਿੰਘਾਂ ਨੂੰ ਇਹ ਗੱਲ ਕਹਿੰਦਾ, ਤਿਆਰ ਬਰ ਤਿਆਰ ਹੋਵੋ, ਮਹਾਰਾਜ ਦੇ ਰਵਾਇਤੀ ਸ਼ਸਤਰ ਰੱਖ ਲਓ। ਉਹ ਹੌਲੀ ਹੌਲੀ ਸਿੰਘ ਸਾਹਿਬ ਨੇ ਲਾਇਸੈਂਸ ਵਾਲੇ ਕਿਹਾ, ਸਾਰਾ ਕੰਮ ਹੁਣ ਦੱਸ ਕੇ ਥੋੜੀ ਕਰੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।